ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਦਾ ਦਿਲਾਵਰ ਮੰਡੇਰ। ਤੁਸੀਂ ਬਹੁਤ ਸਾਰਾ ਸਾਥ ਦਿੱਤਾ ਆਪਣੇ, ਜੋ ਮੈਂ ਵੀਡੀਓ ਕੱਲ੍ਹ ਪੋਸਟ ਕੀਤੀ ਸੀਗੀ ਜਸ਼ਨ ਦੇ ਬਾਰੇ ਕਿ ਉਹਨੇ ਕੀ ਕੀਤਾ ਨਿਊਜ਼ੀਲੈਂਡ ਦੇ ਵਿੱਚ, ਅਤੇ ਉਹਨੇ ਜਾ ਕੇ ਮੇਰੇ ਖਿਆਲ ਕੋਈ ਵੀਡੀਓ ਪਾਈ ਹੈ ਜਿਹਦੇ ਵਿੱਚ ਉਹ ਮੈਨੂੰ ਗਲਤ ਪ੍ਰੂਫ ਕਰਨ ਦੀ ਕੋਸ਼ਿਸ਼ ਕਰ ਰਿਹਾ। ਮੈਂ ਤੁਹਾਨੂੰ ਹੋਰ ਕੁਛ ਜਾਣਕਾਰੀ ਦੇ ਦਿੰਦਾ ਹਾਂ। ਪਹਿਲੀ ਗੱਲ, ਹਾਂਜੀ ਹੁਣ ਮੈਂ ਜਸ਼ਨ ਨਾਲ ਗੱਲ ਕਰ ਰਿਹਾ। ਹਾਓ ਚਬਲੇ, ਤੂੰ ਨਾ ਆਪਦਾ ਮੂੰਹ ਸਾਲਿਆ 5 ਦਿਨਾਂ ਬਾਅਦ ਦਿਖਾ ਲਿਆ ਕੈਮਰੇ ਦੇ ਉੱਤੇ। 5 ਦਿਨਾਂ 'ਚ ਤਾਂ ਡਾਕਟਰ ਜਿਹੜੇ ਨੇ ਟੀਕਾ ਲਾ ਕੇ ਵੀ ਨਾ ਸੋਜ ਲਾਉਂਦੇ ਨੇ ਮੂੰਹ ਤੋਂ, ਨਾਲੇ ਤੂੰ ਆਪਦੇ ਗਿੱਟੇ ਗੁੱਟੇ ਤਾਂ ਦਿਖਾਲੇ ਨਹੀਂ ਹੋਏ, ਹੌਕੀਆਂ ਤਾਂ ਤੇਰੇ ਗੋਡਿਆਂ ਦੇ ਗਿੱਟੇ ਦੇ ਵੱਜੀਆਂ ਚਵਲੇ ਲੌਂਡਾ। ਨਾਲੇ ਮੈਂ ਤੇਰੀ ਕਰਤੂਤ ਦੱਸਦਾ ਤੂੰ ਕੀ ਕੀਤਾ ਇੰਡੀਆ ਜਾ ਕੇ। ਇੰਡੀਆ ਜਾ ਕੇ ਇਹਨੇ ਕੀ ਕੀਤਾ ਜੀ, ਮੇਰੇ 2 ਜਿਹੜੇ ਆਡੀਓ ਨੇ ਉਹਨਾਂ ਦੇ ਰਾਈਟਸ ਇਹਨੇ ਦੱਬੇ ਨੇ, ਇੱਕ ਮੇਰਾ ਜਿਹੜਾ ਵੀਡੀਓ ਉਹ ਦੱਬ ਗਿਆ ਇਹ। ਤੇ ਚਵਲਾ ਤੂੰ ਚੰਗੀ ਤਰ੍ਹਾਂ ਜਾਣਦਾ ਕਿ ਮੈਨੂੰ ਇਹ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ, ਤੂੰ 2 ਦੱਬੇ ਨੇ, ਮੈਂ 10 ਕੱਢੂੰਗਾ ਹੋਰ, ਤੇ ਤੂੰ ਮੈਨੂੰ ਰੋਕ ਨਹੀਂ ਸਕਦਾ। ਬਾਕੀ ਆ ਕੰਮ ਦੀ ਗੱਲ ਸੁਣ ਓਏ ਲੌਂਡੇ, ਚਵਲੇ ਪਛਾਣੀ ਹੈ ਤੇਰੀ ਹਾਰਡ ਡਰਾਈਵ ਹੈ ਜਾਂ ਤੇਰੇ ਛਿੱਤਰ ਕੁੱਟ ਹੁੰਦੀ ਤੂੰ ਇੱਥੇ ਸੱਟ ਗਿਆ ਸੀ, ਆ ਬਾਹਰ ਇੱਥੇ ਰੋਡ 'ਤੇ ਮੈਂ ਚੱਕ ਲਈ, ਮੈਨੂੰ ਲੱਭ ਗਈ ਆ, ਅਤੇ ਤੈਨੂੰ ਪਤਾ ਇਹਦੇ ਵਿੱਚ ਕੀ ਆ, ਜਿੰਨੀਆਂ ਤੂੰ ਕੁੜੀਆਂ ਨੂੰ ਸੈਕਸ਼ੁਅਲੀ ਅਸੋਲਟ ਕੀਤਾ ਇੱਥੇ ਸ਼ੂਟਿੰਗ ਦੇ ਕਰਦੇ ਹੋਏ, ਅਤੇ ਉਹਨਾਂ ਨਾਲ ਧੋਖੇ ਦੇ ਨਾਲ ਤੂੰ ਉਹਨਾਂ ਦੇ ਨਾਲ ਗਲਤ ਕੰਮ ਕੀਤੇ ਨੇ ਜਿੰਨੀਆਂ ਨੂੰ, ਉਹ ਸਾਰੀਆਂ ਤੇਰੀਆਂ ਲੱਗਦੀਆਂ ਹੁਣ ਥਾਣੇ ਪਹੁੰਚਣਗੀਆਂ, ਅਤੇ ਜਿੰਨੀ ਤੂੰ ਇਹ 'ਚੋਂ ਡਿਲੀਟ ਕੀਤੀ ਹੈ ਨਾ ਤੈਨੂੰ ਲੱਗਦਾ ਤੂੰ ਫੁਟੇਜ, ਉਹ ਸਾਰੀ ਮੈਂ ਰਿਕਵਰ ਕਰਾਊਂਗਾ ਕਾਕਾ, ਮੈਂ ਰਿਕਵਰ ਹੋਣ ਨੂੰ ਦੇਤੀ ਹੈ ਸਾਰੀ। ਤੂੰ ਲੋਕਾਂ ਨੂੰ ਤਾਂ ਇੱਕ ਪਾਸੇ ਤੂੰ ਆਪਦੇ ਘਰੇ ਨਹੀਂ ਆਪਦੀ ਸ਼ਕਲ ਦਿਖਾਲੂਗਾ, ਮੰਨ ਲੈ ਮੇਰੀ ਗੱਲ, ਤੈਨੂੰ ਇਹ ਗੱਲ ਦਾ ਪਤਾ ਆ। ਜੇ ਮੈਨੂੰ ਇਹਦੇ 'ਚੋਂ ਸਾਰੀ ਜਿਹੜੀ ਫੁਟੇਜ ਮਿਲ ਗਈ, ਨਾ ਵੀ ਮਿਲੀ ਕੋਈ ਗੱਲ ਨਹੀਂ, ਮੇਰੇ ਕੋਲ ਹੋਰ ਬਹੁਤ ਚੀਜ਼ਾਂ ਨੇ, ਜੇ ਮਿਲ ਗਈ ਕਾਕਾ, ਜਿਹੜੇ ਬੀ ਗ੍ਰੇਡ ਫਿਲਮਾਂ ਦੇ ਵਿੱਚ ਨਾ ਹਿੰਦੀਆਂ ਦੇ ਵਿੱਚ ਉਹ ਕੁੜੀ ਨੂੰ ਥੱਲੇ ਸੱਟ ਕੇ ਰੇਪ ਕਰਦੇ ਹੁੰਦੇ ਸੀਗੇ ਡਾਕੂ, ਤੇਰੇ ਉਹ ਵਾਲੀਆਂ ਤੇਰੀਆਂ ਕਲਿੱਪਾਂ ਨੇ ਇਹਦੇ ਵਿੱਚ, ਤੈਨੂੰ ਪਤਾ, ਤੇ ਤੇਰੀਆਂ ਉਹ ਹਰੀਆਂ ਕਲਿੱਪਾਂ ਹੁਣ ਮੈਂ ਲੀਕ ਕਰੂੰਗਾ। ਤੂੰ ਮੇਰੇ ਨਾਲ ਧੱਕਾ ਕਰ ਰਿਹਾ ਨਾ ਸਾਲਾ, ਮੇਰੇ ਤੋਂ 1 ਸਾਲ ਰੋਟੀ ਪਾਣੀ ਛੱਕ ਕੇ ਮੇਰੇ ਗਾਣੇ ਦੱਬ ਗਿਆ, ਮੇਰੀ ਮਿਹਨਤ ਕੀਤੀ ਹੋਈ ਹੈ ਨੀ, ਤੈਨੂੰ ਪਤਾ ਮੈਂ ਕਿੰਨੀ ਮਿਹਨਤ ਕਰਦਾ, ਕਿੰਨਾ ਇੱਥੇ ਕੰਮ ਕਰਦਾ, ਕਿੰਨਾ ਔਖਾ ਸਾਰਾ ਕੁਛ ਸੇਵਿੰਗ ਕਰਕੇ ਆਪਦਾ ਜਿਹੜਾ ਡ੍ਰੀਮ ਹੈ ਉਹਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ, ਤੇਰੇ ਵਰਗੇ ਚਵਲਾਂ ਕਰਕੇ ਸਾਲਿਆ ਸਾਨੂੰ ਘਾਟੇ ਪੈਂਦੇ ਨੇ, ਸਾਡੇ ਪੈਸੇ ਮਰ ਜਾਂਦੇ ਨੇ, ਸਾਡੇ ਸਾਲੇ ਡ੍ਰੀਮ ਪ੍ਰੋਜੈਕਟ ਸਾਰੇ ਜੋ ਵੀ ਆ ਸੁਪਨੇ ਸਾਰੇ ਟੁੱਟ ਜਾਂਦੇ ਨੇ। ਪਰ ਹੁਣ ਨਹੀਂ ਕਾਕਾ, ਹੁਣ ਮੈਂ ਤੈਨੂੰ ਨਾ ਤੇਰੀ ਮੰਜੀ ਠੋਕ ਕੇ ਹਟੂ, ਮੈਂ ਤੇਰੀ ਲੋਕਾਂ ਨੂੰ ਦੱਸੂ ਤੂੰ ਕੀ ਚੀਜ਼ ਕੀ ਹੈ। ਆਹ ਹਾਰਡ ਡਰਾਈਵ 'ਚ ਤੇਰੀਆਂ ਕਾਲੀਆਂ ਕਰਤੂਤਾਂ ਨੇ ਕਾਕਾ, ਇਹ ਜਿਹੜੇ ਬੰਦੇ ਨੂੰ ਮੈਂ ਦਿੱਤੀਆਂ ਉਹ 100% ਗਰੰਟੀ ਚੱਕ ਰਿਹਾ ਕਿ ਰਿਕਵਰ ਕਰ ਦੂਗਾ, ਤੇ ਫਿਰ ਤੈਨੂੰ ਨਾ ਮੂੰਹ ਦਿਖਾਲਣ ਨੂੰ ਕੀ, ਤਾਂ ਤੇਰਾ ਲੋਕਾਂ ਨੂੰ ਤੈਨੂੰ ਥਾਂ ਨਹੀਂ ਲੱਭਣਾ ਉਸ ਤੋਂ ਬਾਅਦ, ਤੇ ਨਾਲੇ ਜਿਹੜਾ ਤੂੰ ਮੇਰਾ ਗਾਣਾ ਦੱਬਿਆ ਹੋਇਆ ਨਾ, ਤੇ ਮੇਰਾ ਜ਼ਰੂਰੀ ਹੈ ਤੂੰ ਜਿਹੜਾ ਤੂੰ ਰਾਈਟ ਆਪਣੇ ਨਾਂ 'ਤੇ ਲੈ ਗਿਆ ਡਿਊਟ ਸੌਂਗ ਦਾ, ਉਹ ਮੈਂ ਕੱਲ੍ਹ ਨੂੰ ਲੀਕ ਕਰ ਦੇਣਾ, ਤੂੰ ਕਰ ਲਾ ਜੋ ਕਰਨਾ, ਆ ਲੈ ਚੈਲੰਜ ਕਰਦਾ ਤੈਨੂੰ, ਕੱਲ੍ਹ ਨੂੰ ਮੈਂ ਆਪਦਾ ਹੀ ਜਿਹੜਾ ਗਾਣਾ ਤੇਰਾ ਦੱਬਿਆ ਹੋਇਆ ਉਹਨੂੰ ਮੈਂ ਲੀਕ ਕਰ ਦੂੰਗਾ, ਨਾ ਤੇਰਾ ਰਹੂ ਨਾ ਮੇਰਾ ਰਹੂ, ਮੇਰੇ ਪੈਸੇ ਲੱਗੇ ਨੇ ਬਾਈ ਮਿਊਜ਼ਿਕ ਦੇ, ਮੈਂ ਤਾਂ ਕਰੂੰ ਲੀਕ, ਠੀਕ ਹੈ। ਚਵਲੇ ਜਿਹੜੇ ਉਹ ਮੁੱਕੀਆਂ ਹੀ ਆ ਮੈਨੂੰ ਦਿਖਾਲਦਾ ਹੀ ਸਾਲਿਆ, ਉੱਥੇ ਮੱਛਰਾਂ ਨੇ ਦੰਦੀਆਂ ਵੱਢੀਆਂ ਹੋਈਆਂ ਸੀ, ਅਤੇ ਗੱਲਾਂ ਕਰਦਾ ਮੂੰਹਾਂ 'ਤੇ ਮੁੱਕੇ ਮਾਰੇ ਨੇ ਸਾਲਿਆ, ਮੱਛਰਾਂ ਦੀਆਂ ਦੰਦੀਆਂ ਨੂੰ ਤੂੰ ਦਿਖਾਲੀ ਜਾਂਦਾ, ਮੁੱਕੀਆਂ ਹੀ ਆਪਦੀਆਂ ਕੱਢ ਕੱਢ ਕੇ, ਕੋਈ ਨਹੀਂ ਕਾਕਾ ਤੂੰ ਕਰ ਲੈ ਰੱਬ ਨੂੰ ਯਾਦ, ਹੁਣ ਜੇ ਆ ਹਾਰਡ ਡਰਾਈਵ ਦੇ ਵਿੱਚ ਰਿਕਵਰੀ ਹੋ ਗਈ ਕਾਕਾ, ਮੈਨੂੰ ਉਸ ਤੋਂ ਬਾਅਦ ਬੋਲਣ ਦੀ ਲੋੜ ਨਹੀਂ ਰਹਿਣੀ, ਤੇਰੀਆਂ ਕਲਿੱਪਾਂ ਜਿਹੜੀਆਂ ਨਾ ਅਮਰੀਸ਼ ਪੁਰੀ ਜਿੱਦਾਂ ਰੇਪ ਕਰਦੇ ਪੁਰਾਣੀਆਂ ਫਿਲਮਾਂ, ਤੇਰੇ ਉਹ ਵਾਲੀਆਂ ਤੇਰੀਆਂ ਚੜ੍ਹਨਗੀਆਂ ਹੁਣ। ਓਕੇ ਬਾਈ, ਬਾਕੀ ਸਾਰਿਆਂ ਨੂੰ ਰਿਕੁਐਸਟ ਕਰਦਾ, ਮੇਰੇ ਕੋਲ ਕੋਈ ਰਿਕੁਐਸਟਾਂ ਨਹੀਂ ਐਕਸੈਪਟ ਹੋ ਰਹੀਆਂ, ਇਹ ਕੋਈ ਪਬਲਿਸਿਟੀ ਸਟੰਟ ਨਹੀਂ ਬਾਈ, ਮੈਂ ਬਹੁਤ ਟਾਈਮ ਤੋਂ ਗਾਉਂਦਾ ਅਤੇ ਨਾ ਮੈਨੂੰ ਕੋਈ ਮਸ਼ਹੂਰੀ ਦਾ ਕੋਈ ਲੈਣ ਦੇਣ ਆ, ਮੈਂ ਤਾਂ ਕੰਮਕਾਰ ਵਾਲਾ ਬੰਦਾ ਹਾਂ, ਚਵਲ ਮੈਨੂੰ ਟੱਕਰ ਗਿਆ ਅਤੇ ਦੁਬਾਰਾ ਫਿਰ ਮੇਰਾ ਸ਼ੌਂਕ ਪੈਦਾ ਹੋ ਗਿਆ, ਅਤੇ ਹੁਣ ਮੈਂ ਗਾਊਂਗਾ, ਨਹੀਂ ਮੈਂ ਨਹੀਂ ਰੋਕਦਾ, ਠੀਕ ਹੈ ਜੀ। ਤੁਸੀਂ ਸਾਰਿਆਂ ਨੇ ਸਪੋਰਟ ਕਰਨੀ, ਕੱਲ੍ਹ ਨੂੰ ਮੈਂ ਗਾਣਾ ਲੀਕ ਕਰੂੰਗਾ, ਠੀਕ ਹੈ ਜੀ। ਅਤੇ ਬਾਕੀ ਜੇ ਕਿਸੇ ਬਾਈ ਨੇ ਮੈਨੂੰ ਜੁਆਇਨ ਕਰਨਾ ਤਾਂ ਜਾਂ ਤਾਂ ਮੇਰੀ ਸਨੈਪਚੈਟ ਆ ਉੱਥੇ ਮੈਨੂੰ ਜੁਆਇਨ ਕਰ ਲਓ ਦਿਲਾਵਰ ਮੰਡੇਰ, ਅਤੇ ਜਾਂ ਮੇਰਾ ਪੇਜ ਹੈ ਇੱਕ ਫੈਨ ਵਾਲਾ ਉੱਥੇ ਕਰ ਲਓ। ਬਾਕੀ 5000 ਰਿਕੁਐਸਟਾਂ ਜਿਹੜੀਆਂ ਪੂਰੀਆਂ ਹੋ ਚੁੱਕੀਆਂ ਵੀਰੇ, ਤੁਹਾਡਾ ਸਾਰਿਆਂ ਦਾ ਸਪੋਰਟ ਕਰਨ ਦੇ ਲਈ ਦਿਲੋਂ ਧੰਨਵਾਦੀ ਹਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।